ਸਵਾਗਤ ਆ ਦੋਸਤੋ ਆਪਣੇ ਜਟਾਣਾ ਫਾਰਮਰ YouTube ਚੈਨਲ ਤੇ ਤੇ ਜਟਾਣਾ ਡੇਰੀ ਫਾਰਮ Facebook ਪੇਜ ਤੇ ਦੋਸਤੋ ਜਿਹੜੀ ਅੱਜ ਦੀ ਆਪਣੀ ਵਿਜਿਟ ਹੈਗੀ ਹੈਗੀ ਪਿੰਡ ਦਲੇਲ ਵਾਲਾ ਤਹਿਸੀਲ ਇਹਨੂੰ ਬਲਾਡਾ ਪੈ ਜਾਂਦੀ ਹੈਗੀ ਤੇ ਜ਼ਿਲ੍ਹਾ ਜਿਹੜਾ ਇਹਨੂੰ ਪੈ ਜਾਂਦਾ ਮਾਨਸਾ ਜਿਹੜੇ ਪਿੰਡ ਦੇ ਲਾਗੇ-ਲਾਗੇ ਦੇ ਪਿੰਡ ਆਗੇ ਉਹ ਅਕਾਲੀ ਤੇ ਕੋਰ ਵਾਲਾ ਤੇ ਝਨੀਰ ਤੋਂ ਇਹ ਹੈਗਾ 8 ਕਿਲੋਮੀਟਰ ਤੇ ਮਾਨਸਾ ਤੋਂ 18 ਕਿਲੋਮੀਟਰ ਤੇ ਰਹਿ ਜਾਂਦਾ ਪਿੰਡ ਜਿਹੜੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਵੀਰ ਦਾ ਵਪਾਰ ਦਾ ਕੰਮ ਆਗਾ ਅਕਸਰ ਵੀਰ ਕੋਲੇ ਰੂਟੀਨ ਚ ਪਸ਼ੂ ਆਉਂਦੇ ਜਾਂਦੇ ਰਹਿੰਦੇ ਹੈਗੇ ਤੇ ਵੀਰ ਨੇ ਮੱਝਾਂ ਪਕਾਉ ਕਰੀਆਂ ਜਿਹੜੀਆਂ ਸਾਹਮਣੇ ਤੁਸੀਂ ਸਕਰੀਨ ਤੇ ਦੇਖ ਰਹੇ ਹੋਵੋਗੇ ਇੱਕ ਤਾਜੀ ਸੂਈ ਹੈਗੀ ਤੇ ਦੋ ਗੱਬਣਾਗੇ ਬਾਕੀ ਸਾਰੀ ਡਿਟੇਲ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਲੱਗੇ ਦੇਵਾਂਗੇ ਜੇ ਤੁਹਾਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਤਾਂ ਵੀਰ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲੀ ਜਾਂਦਾਗਾ ਏ ਨੰਬਰ ਤੇ ਤੁਸੀਂ ਕਨੈਕਟ ਕਰਕੇ ਬਾਈ ਨਾਲ ਗੱਲਬਾਤ ਕਰਕੇ ਜਿਹੜੇ ਪਸ਼ੂ ਮੱਝਾ ਤੁਸੀਂ ਖਰੀਦ ਸਕਦੇ ਹੋ। ਬਾਕੀ ਡਿਟੇਲ ਬਾਈ ਤੋਂ ਲੈਣਿਆ ਤੇ ਸਾਨੂੰ ਮੱਝਾਂ ਕੱਲੀ ਕੱਲੀ ਤੋਰ ਕੇ ਦਿਖਾਵਾਂਗੇ। ਤੇ ਆਜੋ ਬਾਈ ਨਾਲ ਕਰਦੇ ਆਂ ਫਿਰ ਗੱਲਬਾਤ ਵੀ ਕੀ ਮਾਲ ਮੱਲ ਰੱਖਿਆਗਾ। ਕਿੰਨੇ ਚ ਰਹਿੰਦਾ ਸੂਣ ਚ, ਕਿੰਨਾ-ਕਿੰਨਾ ਦੁੱਧ ਆ, ਜਿਹੜੀ ਸੂਈ ਆ ਉਹਦਾ ਕਿੰਨਾ ਦੁੱਧ ਆਗਾ। ਸਾਰੀ ਡਿਟੇਲ ਸਾਨੂੰ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ। ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖ ਲਿਓ। ਆਜੋ ਫਿਰ ਕਰਦੇ ਆਂ ਆਪਾਂ ਬਾਈ ਨਾਲ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਆਪਣਾ ਕੀ ਨਾਮ ਹੈ ਬਾਈ ਗੱਗੀ ਨਾਮ ਹੈ ਜਲੇਲ ਵਾਲਾ ਪਿੰਡ ਹੈ ਗੱਗੀ ਦਲੇਲ ਵਾਲਾ ਪਿੰਡ ਆ ਹਾਂਜੀ ਜਿਹੜਾ ਇਹਨੂੰ ਮਾਨਸਾ ਪੈ ਜਾਂਦਾ ਤਹਿਸੀਲ ਭਲਾੜਾ ਹਨਾ ਨੇੜੇ-ਨੇੜੇ ਕਿਹੜੇ ਪਿੰਡ ਰਹਿ ਗਏ ਨੇ ਨੇੜੇ ਹੀ ਕੋਰ ਵਾਲਾ ਰਹਿ ਗਿਆ ਦਾਨ ਵਾਲਾ ਰਹਿ ਗਿਆ ਜੇ ਮੈਂ ਅੱਖਾਂ ਵਾਲੀ ਪਿੰਡ ਜੀ ਠੀਕ ਹੈ ਠੀਕ ਆ 3 ਤੋਂ 8 ਕਿਲੋਮੀਟਰ ਪਿੰਡ ਮੈਨੂੰ ਠੀਕ ਆ ਤੇ ਆਪਾਂ ਇਹ ਤਿੰਨ ਨਗ ਬਕਾਉ ਕਰਿਆ ਹਨਾ ਠੀਕ ਆ ਬਾਈ ਆਪਾਂ ਇਹ ਤੋਂ ਸ਼ੁਰੂਆਤ ਕਰਦੇ ਹਾਂ ਜਿਹੜਾ ਮੱਝ ਖੜੀ ਹੈ ਇੱਧਰ ਹਾਂਜੀ ਇਹਦੀ ਕੀ ਡਿਟੇਲ ਆ ਬਾਈ ਬਰੇ ਦੂਜਾ ਸੂਆ ਪਹਿਲੇ ਸੂਏ ਭਲੂਨ ਕੱਟੀ ਨੇ ਦਿੱਤਾ 11-12 ਕਿਲੋ ਠੀਕ ਆ ਦੂ ਸੂਣਾ ਨੇ ਕਹਿ ਦੇਣਾ ਬਾਕੀ ਇਹਦੇ ਹਫਤਾ ਬਾਕੀ ਹੈ ਜੀ ਹਫਤਾ ਬਾਕੀ ਹੈਗਾ ਤੇ ਮੰਨ ਲਓ ਵੀ ਪਹਿਲੀ ਨੇ ਕਿੰਨਾ ਪਹਿਲੇ ਸੂਏ ਕਿੰਨਾ ਤਾਂ 11 ਕਿਲੋ ਠੀਕ ਆ ਤੋੜ ਕੇ ਦਿਖਾ ਦੇ ਬਾਈ ਲੈ ਵੀ ਦੋਸਤੋ ਪਹਿਲੇ ਸੂਏ ਨੇ ਮੱਝੋ ਟੀ ਨੇੜਾ ਦੁੱਧ ਦਿੱਤਾਗਾ 11 ਕਿਲੋ ਹੁੰਦਾ ਬਾਈ ਕਹਿੰਦਾ ਤੇ ਬਾਕੀ ਸਿੰਘਾਂ ਦੀ ਤੇ ਮੂੰਹ ਮੱਥੇ ਤੁਸੀਂ ਦੇਖ ਸਕਾ ਜੋਂਗੇ ਸੋਹਣੀ ਸੰਖੀ ਆ ਦੂਜੇ ਸੂਏ ਸੂਣਾ ਛੋਟੀ ਨੇ ਬਾਕੀ ਸਾਨੂੰ ਆਪਾਂ ਤੋੜ ਕੇ ਦਿਖਾ ਦਨੇ ਆ 8-10 ਦਿਨਾਂ ਦੀ ਬਾਈ ਜਿਹੜਾ ਦੱਸਦਾ ਕੱਚੀ ਹੈਗੀ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਆਪਾਂ ਥਾਣ ਹਵਾਨਾ ਸੋਨੂੰ ਨੇੜੇ ਖੜੀ ਦਾ ਚੱਕਰਾ ਦਾ ਥਾਣ ਇਹਦੇ ਚਾਰੇ ਇੱਕੋ ਜਿਹੇ ਹੈਗੇ ਚਾਰ ਸਾਇ ਸਥਾਨਾਂ ਦਾ ਬਹੁਤ ਸੋਹਣਾਗਾ ਬਾਕੀ ਰਹੇ ਜਿਹੜਾ ਇਹਨੇ ਆਰਡਰ ਬਣਾਉਣਾਗਾ ਤੇ ਬਾਕੀ ਦੇ ਤੁਸੀਂ ਖੜੀ ਦਾ ਕੋਲੋਂ ਚੈੱਕ ਕਰ ਸਕਦੇ ਹੋ ਥਾਣਾ ਸੋਹਣਾ ਸਾਇ ਸੋਹਣਾਗਾ ਬਾਕੀ ਰਹੇ 10 12 ਦਿਨਾਂ ਦੀ ਕੱਚੀ ਹੈਗੀ ਤੁਸੀਂ ਦੇਖ ਸਕਦੇ ਹੋ ਤੇ ਬਈ ਜਿਹੜੀ ਆਪਣੀ ਆ ਦੂਜੇ ਨੰਬਰ ਤੇ ਰਹੀ ਇੱਧਰ ਝੋਟੀ ਆ ਆ ਖੜੀ ੜੀ ਇਹ ਵੀ ਦੂਜੇ ਸੂਈ ਜੀ ਇਹ ਵੀ ਦੂਜੀ ਸੂਏ ਸੂਣੀ ਆ ਹਜੇ। ਹਾਂਜੀ। ਠੀਕ ਆ ਇਹ ਕਾ ਇੱਕ ਦਿਨ ਲੈ ਜਾ ਬਾਈ। ਇਹ ਵੀ ਹਫਤਾ ਹੀ ਲੂਗੀ ਜੀ। ਠੀਕ ਆ ਇਹ ਹਫਤਾ ਲੈ ਜਾਊਗੀ। ਤੇ ਇਹਨੇ ਮੰਨ ਲਓ ਵੀ ਪਹਿਲੇ ਸੂਏ ਕਿੰਨਾ ਕ ਦੁੱਧ ਦੁੱਤਾਗਾ? ਪਲੂਣ ਨੇ ਦਿੱਤਾ 23 ਕਿਲੋ। 13 ਕਿਲੋ। ਹਾਂਜੀ। ਠੀਕ ਆ ਤੇ ਇਸ ਵਾਰ ਕੀ ਉਮੀਦ ਆਗੀ? ਇਸ ਵਾਰ 15 ਦੀ ਉਮੀਦ ਹੈਗੀ। 15 ਦੀ ਉਮੀਦ ਹੈਗੀ। ਤੌਰ ਕੇ ਦਿਖਾ ਦੇ ਵੀ। ਲੈ ਵੀ ਦੋਸਤੋ ਇਹਨੇ ਪਲੂਣ ਨੇ ਦਿੱਤਾ ਜਿਹੜਾ 13 ਕਿਲੋ ਦੁੱਧ ਦੁੱਤਾਗਾ। ਤੇ ਬਾਕੀ ਬਾਈ ਕਹਿੰਦਾ 15 ਕਿਲੋ ਦੀ ਉਮੀਦ ਆ। ਸਿੰਘਾਂ ਦੀ ਬਹੁਤ ਸੋਹਣੀਆ ਕੁੰਡੀ ਆ ਗਈ। ਦੇਖ ਸਕਦੇ ਹੋ ਤੁਸੀਂ। ਤੇ ਥਾਣ ਹਵਾਨਾ ਵੀ ਬਹੁਤ ਸੋਹਣਾ ਲੱਗਿਆ ਹੋਇਆ ਆਰਡਰ ਕੁਆਲਿਟੀ ਜਿਹੜੀ ਨੂੰ ਛੋਟੀ ਲੱਗੀ ਹੈ ਨਾ ਬਹੁਤ ਸੋਹਣੀ ਲੱਗੀ ਹੋਈ ਹੈਗੀ ਬਾਕੀ ਆਪਾਂ ਖੜੀ ਦਾ ਥਾਣ ਹਵਾਨਾ ਤੁਹਾਨੂੰ ਚੈੱਕ ਕਰਾ ਦਨੇ ਹੈਗੇ ਦੇਖ ਸਾਧਾ ਇਧਰੋਂ ਸਾਈਡ ਤੋਂ ਆਪਾਂ ਚੈੱਕ ਕਰਾ ਦਨੇ ਹੈਗੇ ਠੀਕ ਆ ਭਾਈ ਤੇ ਜਿਹੜੀ ਆ ਆਪਣੀ ਤੀਜੀ ਮੱਝ ਆ ਗਈ ਭਾਈ ਆਹ ਇਹ ਤਾਜੀ ਸੂਈ ਹੈ ਠੀਕ ਕੰਮੇ ਸੂਏ ਸੂਈ ਹੈ ਜੀ ਇਹ ਤੀਜਾ ਸੂਆ ਸੂਈ ਤੀਜਾ ਸੂਆ ਠੀਕ ਹੈ ਲੈ ਵੀ ਦੋਸਤੋ ਆ ਤੀਜੇ ਸੂਈ ਸੂਈਆ ਇਹਦਾ ਤੁਸੀਂ ਆਰਡਰ ਕੁਆਲਿਟੀ ਦੇਖ ਸਕਾ ਜਾਓਗੇ ਤੇ ਤੋਰਦੇ ਬਾਈ ਇਹਨੂੰ ਇਹ ਤਾਜੀ ਸੂਈ ਹੋਈ ਆ ਮੰਗਰੇ ਦੇ ਕੱਟਾ ਦਾ ਤੇ ਬਾਕੀ ਦੁੱਧ ਪੁੱਛਦੇ ਆ ਬਾਈ ਤੋਂ ਵੀ ਕਿੰਨਾ ਇਹਦੇ ਥੱਲੇ ਤੇ ਕੀ ਰੇਟ ਰੱਖਦਾ ਇਹਦਾ ਤੋਰਦੇ ਤੁਸੀਂ ਚੈੱਕ ਆਊਟ ਕਰ ਸਕਾ ਜਾਓਗੇ ਬਾਕੀ ਇਹਦੇ ਬੋਡੀ ਸਟਰਕਚਰ ਦੀ ਸੋਹਣੀ ਆ ਮੱਝ ਇਹ ਤੇ ਬੈਕ ਸਾਈਡ ਤੋਂ ਤੁਸੀਂ ਆਰਡਰ ਕੁਆਲਿਟੀ ਦੇਖ ਸਕਾ ਜਾਓਗੇ ਤੇ ਦੁੱਧ ਪੁੱਛਦੇ ਆ ਬਾਈ ਤੋਂ ਵੀ ਇਹਦੇ ਥੱਲੇ ਕਿੰਨਾਗਾ ਤੇ ਕੀ ਮਾਲ ਮਰ ਰਖਦਾ ਤੁਹਾਨੂੰ ਆਪਾਂ ਡਿਟੇਲ ਲੈ ਕੇ ਦੇਣਾ ਸਾਰੀ ਬਾਈ ਜਿਹੜੀ ਆਪਣੀ ਉਹ ਪਹਿਲੇ ਨੰਬਰ ਦੀ ਮੱਝ ਆ ਖੜੀ ਇੱਧਰ ਦੂਜੀ ਸੋਈ ਤੇ ਝੋਟੀ ਹਾਂਜੀ ਇਹਦਾ ਕੀ ਰੇਟ ਕਰਿਆ ਬਾਈ ਜਾਇਜਾ ਇਹਦਾ ਮੁੱਲ ਆ ਜੀ ਇੱਕ ਦਾ 1 ਲੱਖ 10000 10000 ਹਾਂਜੀ ਠੀਕ ਆ ਤੇ ਬਾਕੀ ਜਿਹੜੇ ਬਾਈ ਰੇਟ ਆਗੇ ਸੋਡੇ ਵੀ ਲੈਂਡ ਦੇਣ ਵਾਲੇ ਆ ਕਿ ਵਿੱਚੋਂ ਮਾਨਤਾਨ ਹੋ ਜਾਊਗਾ ਮਾਨਤਾਨ ਕਰ ਦਾਂਗੇ ਵੀਰੇ ਜਿਹੜਾ ਕੋਈ ਆਊਗਾ ਠੀਕ ਆ ਮੰਨ ਲਓ ਵੀ ਉਹ ਜਾਇਜ ਰੇਟ ਆਗੇ ਮੰਨ ਲਓ ਵੀ ਮਾਨਤਾਨ ਕਰ ਦੋਗੇ ਹਾਂਜੀ ਠੀਕ ਆ ਤੇ ਜਿਹੜੀ ਆ ਝੋਟੀ ਖੜੀ ਆ ਬਾਈ ਇਹਦਾ ਕੀ ਰੇਟ ਕਰੇਗਾ ਇਹਦਾ 1 15 ਜੀ ਇਹਦਾ 1,15,000 ਰੁਪਇਆ ਹਾਂਜੀ ਠੀਕ ਆ ਤੇ ਬਾਕੀ ਮਾਣਦਾਨ ਹੋ ਜੂ ਹਨਾ ਮਾਣਦਾਨ ਹੋ ਜੂ ਠੀਕ ਆ ਠੀਕ ਆ ਤੇ ਦੁੱਧ ਜਿਹੜਾ ਇਹਨਾਂ ਆਪਾਂ ਡਿਟੇਲ ਦਿੱਤੀ ਜਿਹੜੀ ਭਾਈ ਉਹ ਤੀਜੇ ਨੰਬਰ ਤੇ ਖੜੀ ਆਪਣੀ ਮਾਝਾ ਹਾਂਜੀ ਇਹਦੇ ਥੱਲੇ ਕਿੰਨਾ ਦੁੱਧ ਆਗਾ ਇਹਦੇ ਥੱਲੇ 12 ਕਿਲੋ ਦੁੱਧ ਹੁਣ ਤਿਆਰ ਆਈ ਡੱਬੇ ਮਾਰਦੇ ਜਮਾ ਡੱਬੇ ਮਾਰ ਕੇ ਜੇ ਛੋਡੇ ਕੋਲੇ ਵੀਰ ਕੋਈ ਆਉਂਦਾਗਾ ਜਮਾ 12 ਕਿਲੋ ਦੁੱਧ ਤੁਸੀਂ ਚਵਾ ਦੋਗੇ ਦੋ ਡੰਗ ਦਾ ਠੀਕ ਆ ਮੰਨ ਲਓ ਵੀ 6 ਕਿਲੋ ਦੁੱਧ ਇੱਕ ਡੰਗ ਦਾ ਹਾਂਜੀ ਹਾਂ ਠੀਕ ਠੀਕ ਆ ਮਗਰ ਕਟਾ ਹਨਾ ਤੇ ਕਾਇਦਨ ਹੋ ਗਈ ਸੀ ਦੱਸਿਆ ਜੀ ਇਹਨੂੰ ਸੂਈ ਨੂੰ ਹਫਤਾ ਹੀ ਹੋਇਆ ਜੀ ਹਫਤਾ ਹੋਇਆ ਮਤਲਬ ਵੀ ਹਜੇ ਦੁੱਧ ਉਹ ਵਧੂਗੀ ਹੋਰ ਹਾਂ ਜੀ ਹਾਂ ਠੀਕ ਹੈ 15 ਸ਼ੇਰ ਕੱਢੂ ਮੈਂ 15 ਸ਼ੇਰ ਕੱਢੂ ਬਾਕੀ ਦੇ ਬੋਡੀ ਸਟਰਕਚਰ ਦੀ ਠੀਕ ਆ ਗਈ ਤੇ ਇਹਦਾ ਕੀ ਰੇਟ ਕਰਿਆ ਬਾਈ ਇਹਦਾ 95000 ਜੀ ਇਹਦਾ 95000 ਤੇ ਬਾਕੀ ਮੌਕੇ ਤੇ ਗੱਲਬਾਤ ਹੋ ਜੋ ਹਣਾ ਹਾਂ ਮੌਕੇ ਤੇ ਮਾਨਦਾਨ ਕਰਦਾ ਜੀ ਠੀਕ ਆ ਠੀਕ ਆ ਲੈ ਵੀ ਦੋਸਤੋ ਜਿਹੜੇ ਰੇਟ ਕਰਿਆ ਬਾਈ ਨੇ 1 ਲੱਖ 10000 ਕਰਿਆ ਇੱਕ ਦਾ ਤੇ 15 ਦਾ ਕਰੇਗਾ ਤੇ ਇਹਦਾ ਕਰਿਆ 95000 ਇਹ ਸੂਈ ਹੋਈ ਹੈ 12 ਕਿਲੋ ਦੁੱਧ ਤਿਆਰ ਆਗਾ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਇਹ ਨੰਬਰ ਤੇ ਕਨੈਕਟ ਕਰ ਲਿਓ ਤੇ ਬਾਕੀ ਸਾਨੂੰ ਆਪਾਂ ਬੋਲ ਕੇ ਦੱਸੰਨੇ ਬਾਈ ਤੋਂ ਨੰਬਰ ਲੈ ਦੇਣਾ ਸਾਨੂੰ ਤੇ ਆਪਣਾ ਮੋਬਾਈਲ ਨੰਬਰ ਬੋਲ ਦੇ ਬਾਈ 62842 0 62842 053555 053555 ਠੀਕ ਆ ਲੈ ਵੀ ਦੋਸਤੋ ਬਾਈ ਦਾ ਆ ਨੰਬਰ ਆਗਾ ਤੇ ਪਿੰਡ ਦਲੇਲ ਵਾਲਾ ਤੇ ਤਹਿਸੀਲੇ ਨੂੰ ਬਲਾਡਾ ਪੈਂਦੇ ਜ਼ਿਲ੍ਹਾ ਮਾਨਸਾ ਤੇ ਜਿਹੜੇ ਪਾਸੇ ਪਿੰਡ ਰਹਿਗੇ ਤੇ ਕੋਰ ਵਾਲਾ ਤੇ ਅਕਾਂਲੀ ਰਹਿਗੇ ਬਾਈ ਦਾ ਪਿੰਡ ਦਲੇਲ ਵਾਲਾ ਤੇ ਬਾਈ ਕੋਲੇ ਤਿੰਨ ਨਾਗ ਬਕਾਉ ਸੀ ਤੇ ਜੇ ਤੁਹਾਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਤਾਂ ਤੁਸੀਂ ਬਾਈ ਨਾਲ ਕਨੈਕਟ ਕਰ ਲਓ ਜਿਹੜਾ ਰੇਟ ਬਾਈ ਨੇ ਦੱਸਿਆ ਉਹ ਚ ਮਾਨਤਾਣ ਹੋਊ ਬਾਈ ਕਹਿੰਦਾ ਤੇ ਬਾਕੀ ਤੁਸੀਂ ਫੋਨ ਤੇ ਗੱਲਬਾਤ ਕਰਕੇ ਬਾਈ ਦਾ ਘਰੋਂ ਜਿਹੜੀਆਂ ਆ ਨਾਗ ਬਕਾਉਤ ਨੇ ਜੇ ਤੁਸੀਂ ਦੁੱਧ ਪੀਣ ਨੂੰ ਲੈਣੀ ਆ ਤਾਂ ਆ 2 ਈ ਸੂਈ ਹੋਈ ਆ ਤੇ ਆ 8 8 10 ਦਿਨਾਂ ਦੀਆਂ ਬਾਕੀ ਆ ਤੇ ਬਾਕੀ ਬਾਈ ਆਪਣੇ ਕੋਲੇ ਰੁਟੀਨ 'ਚ ਪਸ਼ੂ ਆਉਂਦੇ ਜਾਂਦੇ ਰਹਿੰਦੇ ਹੈਗੇ ਆ ਗਾਵਾਂ ਆਉਂਦੇ ਜਾਂਦੇ ਨੇ ਗਾਵਾਂ ਮੱਝਾਂ ਆਉਂਦੀਆਂ ਜਾਂਦੀਆਂ ਨੇ ਗਾਵਾਂ ਮੱਝਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਠੀਕ ਆ ਤੇ ਬਾਕੀ ਜੇ ਤੁਸੀਂ ਹੋਰ ਵੀ ਕੋਈ ਪਸ਼ੂ ਖਰੀਦਣਾ ਤਾਂ ਤੁਸੀਂ ਬਾਈ ਨਾਲ ਕਨੈਕਟ ਸੰਪਰਕ ਕਰ ਸਕ ਜਾਓਗੇ ਕਿਉਂਕਿ ਬਾਈ ਕੋਲੇ ਰੂਟੀਨ ਚ ਅਕਸਰ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਠੀਕ ਹੈ ਜੀ ਧੰਨਵਾਦ